ਸਿੰਘਾਤਾ ਜੀ ਸਭ ਤੋਂ ਪਹਿਲਾਂ ਬਹੁਤ ਬਹੁ ਮੁਬਾਰਕਾ ਹਾਂ ਤੁਹਾਡੇ ਘਰੇ ਧੀ ਨੇ ਲక్ష్ਮੀ ਨੇ ਜਨਮ ਦੇ ਆ ਸਿੱਕਿਆਂ ਨਾਲ ਤੋਲ ਕੇ ਬੇਟੀ ਦਾ ਸਵਾਗਤ ਕਰਨਾ ਹੈਗਾ ਵਾ ਇੱਕ ਮੈਸੇਜ ਦੇਣਾ ਦੁਨੀਆ ਦੇ ਜੜੇ ਧੀਆਂ ਨੂੰ ਕੋਖ ਚ ਮਾਰਦੇ ਵਿਤਕਰਾ ਕਰਦੇ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਵੀ ਨਹੀਂ ਧੀਆਂ ਦਾ ਸਤਿਕਾਰ ਕਰੋ ਧੀਆਂ ਦਾ ਜਿੰਨਾ ਵੀ ਸਤਕਾਰ ਹੋ ਸਕਦਾ ਵਾ ਧੀਆਂ ਨਾਲ ਪਿਆਰ ਕਰੋ ਫਿਰ ਕੀ ਕਹਣਾ ਚਾਹੋਗੇ ਅਸੀਂ ਅਕਸ ਦੇ ਦੇ ਸਾਡੇ ਸਮਾਜ ਵਿੱਚ ਹਜੇ ਵੀ ਧੀਆਂ ਦਾਜ ਦੀ ਬੜੀ ਚੜ੍ਹ ਜਾਨੇ ਹਜੇ ਵੀ ਡਣੀਆਂ ਸੱਸਾਂ ਜਾਨੀਆਂ ਉਹ ਲਾਜ ਜੀ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਸਿੰਘਾਂ ਨੇ ਉਹਨੂੰ ਵੱਢ ਕੇ ਪੂਰੀ ਜਪਾ ਕੇ ਤੇ ਉਹਦੇ ਘਰ ਭੇਟ ਕਰ ਦਿੱਤਾ ਗਿਆ। ਐਦਾਂ ਐਦਾਂ ਬਲਾਤਕਾਰ ਦੇ ਜਿਹੜੇ ਇਹਦੇ ਬਲਾਤਕਾਰ ਨਾਲ ਠੱਲਾਂ ਪੈਂਦੀਆਂ ਵਾਂ। ਜਿਹੜੇ ਇਹੋ ਜਿਹੇ ਧੁੰਦੇ ਨਾ ਮੁੰਡੇ ਇਹੋ ਜਿਹੇ ਰੰਨਾ ਦੇ ਪੁਜਾਰੀ ਹੁੰਦੇ ਜਿਹੜੇ ਆਪਣੇ ਰੰਨਾ ਦੇ ਕਹਾਂ ਤੇ ਆਪਾਂ ਆਪਿਆਂ ਨੂੰ ਬਾਹਰ ਕੱਢ ਦਿੰਦੇ ਆ ਗਿਆ। ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹੋ ਜਿਹੇ ਉਹਨੂੰ। ਨਾਰਾ ਜਿਹੜਾ ਚੱਲਦਾ ਸੀ ਬੇਟੀ ਬਚਾਓ ਬੇਟੀ ਪੜਾਓ। ਇਸ ਤਰ੍ਹਾਂ ਤੁਸੀਂ ਵੀ ਆਈਏ ਸੁਣਾੜੇ। ਇਹ ਬਾਬਾ ਜੀ ਮੋਦੀ ਦਾ ਨਾਰਾ ਵਗਾ ਹੈ। ਹੈ। ਨਾਰਾ ਨ ਤੇ ਨੱਕਨ। ਹਾਂ ਛੜਾ ਬੰਦਾ ਮਲੰਗ ਜਣਾ ਪਰਵਾਹ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕਰ ਸਕਿਆ ਉਹ ਨੰਨੀ ਛਾਂ ਦਾ ਕੀ ਸਤਿਕਾਰ ਕਰੇਗਾ ਪਹਿਲਾਂ ਮੈਨੂੰ ਇਹ ਗੱਲ ਦੱਸ ਦਿਓ ਪੱਤਰਕਾਰੋ ਦੇਖੋ ਜੀ ਆਪਾਂ ਨਾ ਮੁੰਡੇ ਤੇ ਇਲਜ਼ਾਮ ਬੜੀ ਸ਼ਤੀ ਲਾ ਦਿੰਨੇ ਆ ਇਹ ਮੁੰਡੇ ਦੇ ਵੀ ਮੁੰਡਾ ਕੁੜੀ ਨੂੰ ਕੱਢ ਕੇ ਲੈ ਗਿਆ ਜੇ ਕੁੜੀ ਘਰੋਂ ਪੈਰ ਹੀ ਨਹੀਂ ਕੱਢੇਗੀ ਤੇ ਮੁੰਡਾ ਕਿਦਾਂ ਕੱਢ ਕੇ ਲੈ ਜਾਏਗਾ ਕਿ ਕਾਨੂੰਨ ਇਹ ਵੀ ਤੇ ਹੋਣੇ ਚਾਹੀਦੇ ਹੈਗੇ ਆ ਵੀ 18 ਸਾਲ ਤੋਂ ਬਾਅਦ ਜਿਹੜੀ ਧੀ ਵਿਆਹ ਕਰਾਉਂਦੀ ਆ ਉਥੇ ਦੇ ਵਿੱਚ ਬਾਪੂ ਦਾ ਵੀ ਤੇ ਹਿੱਸੇਦਾਰੀ ਹੋਣੀ ਚਾਹੀਦੀ ਹੈ ਬਾਪੂ ਦਾ ਵੀ ਤੇ ਦੇ ਵਿੱਚ ਰੋਲ ਹੋਣਾ ਚਾਹੀਦਾ ਵਾ ਇਹ ਕਿਉਂ ਨਹੀਂ ਕਾਨੂੰਨ ਬਣਾਇਆ ਗਿਆ ਮੋਬਾਈਲ ਦੇ ਕੇ ਨਾ ਜਿਹੜਾ ਟੱਚ ਵਾਲਾ ਮੋਬਾਈਲ ਤੇ ਹੈਗੇ ਆਪਾਂ ਆਪਣੀ ਧੀ ਨੂੰ ਕਹਿੰਦੇ ਆ ਲੈ ਮੋਬਾਈਲ ਨਾ ਫੜ ਇਹ ਗੰਦ ਫੜ ਬਲੂ ਫਿਲਮ ਫੜ ਆਪਾਂ ਬਲੂ ਫਿਲਮ ਵੇਖੇ ਦੇ ਵਿੱਚੋਂ ਲੋਕਾਂ ਦੇਖ ਰਹੇ ਸਾਰੇ ਦਸ਼ਕਾਦਾਰੀ ਮਹਿਕਵਾ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਹੈ ਹਾਂ ਅਸੀਂ ਅਕਸਰ ਦੇਖਦੇ ਹਾਂ ਸਾਡੇ ਸਮਾਜ ਵਿੱਚ ਮੁੰਡੇ ਤੇ ਕੁੜੀ ਵਿੱਚ ਫਰਕ ਰੱਖਿਆ ਜਾਂਦਾ ਵਾ ਉਸ ਨੂੰ ਲੈ ਕੇ ਕਿਹੜੇ ਲੋਕ ਧੀਆ ਨੂੰ ਜਿਹੜਾ ਜੰਮਣ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਮਾਰ ਦਿੰਦੇ ਨੇ ਪਰ ਅੱਜ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਅੰਮਰਸਾ ਦੀ ਜਿੱਤੇ ਕੀ ਹਰਪਾਲ ਸਿੰਘ ਖਾਲਸਾ ਉਹਨਾਂ ਘਰੇ ਧੀ ਨੇ ਜਨਮ ਲਿਆ ਵਾ ਅਤੇ ਧੀ ਦੀ ਜਨਮ ਦੇ ਜਿਹੜੀ ਖੁਸ਼ੀ ਵਿੱਚ ਜਿਹੜੀ ਦੀਵਾਲੀ ਉਹਦੀ ਜਿਹੜੀ ਲక్ష్ਮੀ ਪੈਦਾ ਹੋਈ ਆ ਅਤੇ ਉੱਥੇ ਜਿਹੜਾ ਲੱਡੂਆਂ ਜਿਹੜਾ ਵੰਡੇ ਗਏ ਨੇ ਅਤੇ ਉਹਦੀ ਧੀ ਨੂੰ ਸਿੱਕਿਆਂ ਜਿਹੜਾ ਤੋਲ ਕੇ ਜਿਹੜਾ ਉਹ ਕਰ ਲੈ ਕੇ ਹਰਪਾਲ ਸਿੰਘ ਖਾਲਸਾ ਨਾਲ ਗੱਲਬਾਤ ਕਰਾਂਗੇ ਹਰਪਾਲ ਸਿੰਘ ਖਾਲਸਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਹਾਂ ਤੁਹਾਡੇ ਘਰੇ ਧੀ ਨੇ ਲక్ష్ਮੀ ਨੂੰ ਜਨਮ ਲਿਆ ਵਾ ਵਾਹਿਗੁਰੂ ਜੀ ਕਾ ਖਾਲਸ ਮਹਰਪਾਲ ਸਿੰਘ ਖਾਲਸਤਾਨੀ ਅਕਾਲ ਖਾਲਸਾ ਦਲ ਦਾ ਮੀਜ ਜਹਦਾ ਜਥਾ ਛੇਜਨ ਪਿੰਡਾਲਾ ਦਾ ਮੁਖ ਸੇਵਾਦਾਰ ਸਾਡੇ ਘਰ ਵਾਹਿਗੁਰੂ ਜੀ ਬੇਨਤੀ ਇਸ ਤਰ੍ਹਾਂ ਵਾ ਧੀ ਨੇ ਪੋਤਰੀ ਨੇ ਜਨਮ ਲਿਆ ਸਾਨੂੰ ਇੱਕ ਬਹੁਤ ਹੀ ਜ਼ਿਆਦਾ ਚਾ ਵਾ ਵੀ ਸਤਗੁਰ ਨੇ ਦਾਦਾ ਦਾਤਾ ਦਿੱਤੀਆਂ ਦਾਤਾਆਂ ਹੈਗੀਆਂ ਸਤਗੁਰ ਨੇ ਦਿੱਤੀਆਂ ਵਾ ਇਹ ਸਤਗੁਰ ਦਾਤਾਆਂ ਦਿੱਤੀਆਂ ਕੋਈ ਬਾਹਰੋਂ ਸਾਨੂੰ ਕੋਈ ਵੀ ਦੇਣ ਨਹੀਂ ਆ ਜਾਂਦਾ ਤੇ ਇੰਨਾ ਚਾ ਹੈਗਾ ਵਾ ਤੇ ਵੱਡੇ ਬੇਟੇ ਦੇ ਘਰ ਵੀ ਇਦਾਂ ਹੀ ਪੋਤਰਾ ਸੀ ਤੇ ਪੋਤਰੀ ਸੀ ਤੇ ਛੋਟੇ ਛੋਟੇ ਦੇ ਘਰ ਪੋਤਰਾ ਸੀ ਇਹ ਮੰਨਦੇ ਵਿੱਚ ਕਚਾਇਆ ਵੀ ਜੇ ਸੱਚੇ ਪਾਜਾ ਪੋਤਰੀ ਹੋ ਜੇ ਜਾਂ ਬੇਟੀ ਹੋ ਜੇ ਤੇ ਇੱਕ ਨਾ ਆਪਾਂ ਮੈਸੇਜ ਦੇਣਾ ਦੁਨੀਆ ਨੂੰ ਉਹ ਜਦੋਂ ਪੋਤਰੀ ਆਈ ਤੇ ਸਾਡੇ ਮੰ ਚ ਪਛਾਹ ਚੜਿਆ ਵੀ ਨਹੀਂ ਆਪਾਂ ਸਿੱਕਿਆਂ ਨਾਲ ਤੋਲ ਕੇ ਬੇਟੀ ਦਾ ਸਵਾਗਤ ਕਰਨਾ ਹੈਗਾ ਵਾ ਇੱਕ ਮੈਸੇਜ ਦੇਣਾ ਦੁਨੀਆ ਤੇ ਜਿਹੜੇ ਧੀਆ ਨੂੰ ਕੋਖ ਚ ਮਾਰਦੇ ਵਿਤਕਰਾ ਕਰਦੇ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਵੀ ਨਹੀਂ ਧੀਆ ਦਾ ਸਤਿਕਾਰ ਕਰੋ ਧੀਆ ਦਾ ਜਿੰਨਾ ਵੀ ਸਤਕਾਰ ਹੋ ਸਕਦਾ ਵਾ ਧੀਆ ਨਾਲ ਪਿਆਰ ਕਰੋ ਤੇ ਜਿਹੜਾ ਜਿਹੜੇ ਧੀਆ ਕੋਖ ਦੇ ਵਿੱਚ ਮਾਰਦੇ ਨੇ ਮੈਨਾਂ ਇਹੋ ਜੇ ਲੋਕਾਂ ਨੂੰ ਬੇਸ਼ਰਮ ਹੋਣੀ ਚਾਹੀਦੀ ਹੈ ਵੀ ਧੀਆ ਨੂੰ ਕਦੀ ਵੀ ਕੋਖ ਦੇ ਵਿੱਚ ਨਹੀਂ ਮਾਰਨਾ ਚਾਹੀਦਾ ਪਰ ਕੀ ਕਰਾਂ ਚਾ ਅਗਰ ਭਾਲ ਸਿੰਘ ਖਾਲਸਾ ਜੀ ਦੇਖਦੇ ਆਂ ਵੀ ਯਾਤਰ ਸਸਾਂ ਜੜੀਆਂ ਨੇ ਉਹ ਆਪਣੇ ਨੌਵੇਂ ਪਰਮੇਸ਼ਾਹੀ ਪੋਤਰੇ ਦੀ ਭਾਲ ਕਰਦੇ ਨੇ ਵੀ ਸਾਡੇ ਘਰੇ ਮੁੰਡਾ ਆਣ ਜੀਦਾ ਵਾ ਪੋਤਰਾ ਜੀਦਾ ਵਾ ਸਾਡੇ ਵਾਲਾ ਵੰਸ਼ ਅੱਗੇ ਵਧਦਾ ਜੀਦਾ ਵਾ ਕਿਉਂਕਿ ਕਿਹਾ ਜਾਂਦਾ ਵਾ ਧੀਆ ਨੂੰ ਵੀ ਜਿਹੜੀ ਧੀਆ ਨੇ ਉਹ ਜਿਹੜਾ ਬਗਾਣਾ ਧਾਨ ਨੇ ਉਹ ਤੇ ਬਗਾਣੇ ਘਰੇ ਚੱਲ ਜਾਣੀਆਂ ਨੇ ਉਹਨਾਂ ਨੂੰ ਕੋਣ ਕੀ ਕਰਨੇ ਚਾਹੋਗੇ ਮੈਨਾਂ ਇਹੋ ਜਾਂ ਕੋਈ ਪਰਿਵਾਰ ਦਿਖਾ ਦਿਓ ਜਿਹੜਾ ਦੁਨੀਆ ਤੇ ਜਿਹੜੇ ਪੁੱਤ ਕਰਕੇ ਵੰਸ਼ ਚਲਾਉਣਾ ਚਾਹਦੇ ਉਹ ਨਾ ਸੋਣਾ ਇਹ ਸਿਰਫ ਇੱਕ ਦਿਮਾਗ ਦੀ ਗੰਦੀ ਸੋਚ ਹੈਗੀ ਆ ਕਿ ਪੁੱਤ ਕਰਕੇ ਵੰਸ਼ੇ ਚੱਲਦਾ ਹੈਗਾ ਵਾ ਮੈਂ ਨਾ ਦੁਨੀਆ ਤੇ ਇਹ ਸ਼ੁਕਰ ਕਰੋ ਵੀ ਸਵਾਸ ਲੈਂਡ ਹੈ ਜੇ ਦੁਨੀਆ ਤੇ ਵਾਹਿਗੁਰੂ ਨੇ ਸਵਾਸ ਦਿੱਤੇ ਹੋ ਸਵਾਸਾਂ ਦਾ ਆਨੰਦ ਮਾਣੋ ਇਹ ਨਾ ਸੋਚੋ ਕਿ ਪੋਤੇ ਆ ਗਤੀ ਹੈਗਾ ਵਾ ਧੀ ਵੀ ਉਹਨਾਂ ਹੀ ਪਿਆਰ ਕਰਦੀ ਹੈ ਧੀ ਵੀ ਉਹਨਾਂ ਹੀ ਸੁੱਖ ਦਿੰਦੀ ਹੈ ਮਾਪਿਆਂ ਨੂੰ ਪੁੱਤ ਸੁੱਖ ਨਹੀਂ ਇਹਨਾਂ ਦਿੰਦੇ ਜਿੰਨਾ ਧੀ ਸੁੱਖ ਦਿੰਦੀ ਹੈ ਯਾਦ ਰੱਖਿਓ ਦੁਨੀਆ ਵਾਲਿਓ ਪੁੱਤਾਂ ਨੂੰ ਮੈਂ ਨਹੀਂ ਕਹਿੰਦਾ ਵੀ ਪੁੱਤਾਂ ਨਾਲ ਪਿਆਰ ਕਰੋ ਪੁੱਤਾਂ ਨਾਲ ਵੀ ਪਿਆਰ ਕਰੋ ਲੇਕਿਨ ਧੀਆ ਨਾਲ ਕਦੀ ਵੀ ਬਿਤਕਰਾ ਨਾ ਕਰੋ ਜਿਹੜੇ ਕੋਖਾਂ ਦੇ ਵਿੱਚ ਮਾਰ ਲੈਂਦੇ ਆ ਮੈਂ ਨਾਲ ਇਹੋ ਜਿਹੇ ਲੋਕ ਪਿਛਾਚ ਹੁੰਦੇ ਨੇ ਗੰਦੇ ਲੋਕ ਹੁੰਦੇ ਨੇ ਇਹੋ ਜਿਹੇ ਲੋਕ ਇਹੋ ਜੀਆਂ ਗੰਦਾ ਗੰਦੀਆਂ ਸੱਸਾਂ ਵੀ ਦੁਨੀਆ ਤੇ ਹੈਗੀਆਂ ਵਾ ਗੰਦੀਆਂ ਨਣਾਂਾਂ ਵੀ ਹੈਗੀਆਂ ਜੜੀਆਂ ਆਪਣੀਆਂ ਆਪਣੀਆਂ ਪਰਜਾਈਆਂ ਨੂੰ ਸਾੜ ਦਿਆਂ ਦੀਆਂ ਜਾਂ ਮਾੜੇ ਬਿਤਕਰਾ ਕਰਦੀਆਂ ਗਈਆਂ ਕਿਉਂਕਿ ਉਹਨਾਂ ਨੂੰ ਇੰਨੀ ਸ਼ਰਮ ਨਹੀਂ ਹੁੰਦੀ ਵੀ ਆਪਾਂ ਵੀ ਕਿਤੇ ਵਿਆਹ ਕੇ ਕਿਸੇ ਦੂਜੇ ਘਰ ਜਾਣਾ ਗਾ ਵਾ ਤੇ ਤੁਹਾੜਿਆਂ ਨਾਲ ਵੀ ਇਹੋ ਕੁਛ ਹੋ ਸਕਦਾ ਵਾ ਪਰ ਕੀ ਕਹਿਣਾ ਚਾਹੋਗੇ ਅਸੀਂ ਅਕਸ ਦੇ ਦੇ ਸਾਡੇ ਸਮਾਜ ਵਿੱਚ ਹਜੇ ਵੀ ਧੀਆਂ ਦਾਜ ਦੇ ਬੜੀ ਚੜੀਆਂ ਆਣੇ ਹਜੇ ਵੀ ਜੜੀਆਂ ਸੱਸਾਂ ਆਣੀਆਂ ਔਲਾਦ ਜੀ ਨੇ ਭਾਵੇਂ ਉਹਨਾਂ ਘਰ ਇੱਕ ਖੁਦਤੀ ਹੁੰਦੀ ਆ ਪਰ ਹਜੇ ਵੀ ਜੜੀਆਂ ਉਹ ਦੂਜੀ ਦੀ ਧੀ ਨੂੰ ਜਿਹੜਾ ਉਹ ਤੰਗ ਪਸ਼ਾਨ ਕਰਦੇ ਨੇ ਉਸ ਨੂੰ ਜਿਹੜਾ ਦਾਜ ਲਿਆਉਣ ਵਾਸਤੇ ਉਸ ਨੂੰ ਕਦੀ ਫਾਹਾ ਦੇ ਦਿੰਦੇ ਨੇ ਤੁਸੀਂ ਦੇਖਿਆ ਪਹਿਲੇ ਜਿਹੜੀ ਕ ਮਰਸਾ ਦੀ ਖਬਰ ਲੱਗੀ ਸੀ ਜਿਸ ਵਿੱਚ ਇੱਕ ਮਾਂ ਤੇ ਜਾਂਮ ਲਗਾ ਸੀ ਵੀ ਉਸ ਦਿਨ ਜਿਹੜੀ ਆਪਣੀ ਧੀ ਨੂੰ ਜਿਹੜਾ ਉਹ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਵਾ ਕੀ ਕਹਿਣਾ ਚਾਹੋਗੇ ਜਿਵੇਂ ਮਾਂ ਵਾਸਤੇ ਜਿਵੇਂ ਸੱਸਾਂ ਵਾਸਤੇ ਵੇਖੋ ਜੀ ਜੇ ਕਹਿਆ ਤਾਂ ਨਾ ਵੀ ਦੁਨੀਆ ਤੇ ਰਾਖਸ਼ ਖਤਮ ਹੋ ਗਿਆ ਰਾਖਸ਼ ਖਤਮ ਇਹੋ ਜਿਹੇ ਲੋਕ ਰਾਖਸ਼ ਹੀ ਗਨੇ ਜਾਂਦੇ ਹੈਗੇ ਆ ਜਿਹੜੇ ਕਿਸੇ ਨੂੰ ਕਿਸੇ ਨੂੰ ਬਲੀ ਬਲੀ ਦਾ ਬੱਕਰਾ ਬਲੀ ਦਾ ਬੱਕਰਾ ਬਣਾ ਲਿਆ ਤੀ ਨੂੰ ਹੋਰ ਕੀ ਆ ਕਿ ਜਦੋਂ ਦਾਜ ਕਰਕੇ ਜਾ ਕਿਦਾਂ ਵੀ ਆ ਵੇਖੋ ਜਿਹੜੇ ਮਾੜੇ ਪਰਿਵਾਰ ਹੈਗੇ ਆ ਉਹਨਾਂ ਕੋ ਦਾਜ ਨਹੀਂ ਦਿੱਤਾ ਜਾਂਦਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਲੇ ਦੀ ਆਪਨੇ ਦਾਜ ਦੀ ਗੱਲ ਕੀਤੀ ਆ ਇੱਕ ਰੋਂਦੀ ਹੋਈ ਕੁੜੀ ਇੱਕ ਰੋਂਦਾ ਆ ਬਾਪੂ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਲੇ ਕੋਲ ਆ ਗਏ ਉੱਥੇ ਦਰਬਾਰ ਸਾਹਿਬ ਆ ਗਏ ਬਿਰਲਾਪ ਕਰਨ ਲੱਗਿਆ ਬਾਪੂ ਵੀ ਮੇਰੀ ਧੀ ਨੂੰ ਤੰਗ ਪਰੇਸ਼ਾਨ ਕਰਦੇ ਆ ਜੋ ਤੰਗ ਪਰੇਸ਼ਾਨ ਕਰਦੇ ਇਹ ਤਾਂ ਧੀ ਵੀ ਨਾਲ ਸੀ ਤੇ ਧੀ ਰੋਣ ਲੱਗੀ ਤੇ ਸੰਤ ਜਨੈਲ ਸਿੰਘ ਬੜੇ ਗੰਭੀਰ ਸੋਚ ਦੇ ਵਿੱਚ ਚੱਲ ਗਏ ਬਹੁਤ ਹੀ ਗੰਭੀਰ ਸੋਚ ਦੇ ਵਿੱਚ ਚੱਲ ਗਏ ਵੀ ਇਹ ਵੇਖੋ ਜਦ ਦੁਨੀਆ ਆਉਂਦੀ ਸੀ ਉੱਥੇ ਫੈਸਲੇ ਕਰਉਣ ਤੇ ਫੈਸਲੇ ਦੁਨੀਆ ਦੇ ਜਿਹੜੇ ਅਦਾਲਤ ਨਹੀਂ ਫੈਸਲੇ ਕਰ ਸਕਦੇ ਉਹ 10 ਮਿੰਟਾਂ 'ਚ ਫੈਸਲੇ ਹੋ ਜਾਂਦੇ ਹੁੰਦੇ ਸੀ ਜਦੋਂ ਇਹਨਾਂ ਸੰਤਾਂ ਨੂੰ ਬੜੀ ਗੰਭੀਰ ਅਵਸਥਾ ਦੇ ਵਿੱਚ ਚਲ ਗਿਆ ਤਾਂ ਉਹਨਾਂ ਨੂੰ ਪਤਾ ਲੱਗਾ ਸਾਰੀ ਗਵਸਥਾ ਸੁਣੀ ਉਹਨਾਂ ਦੀ ਗੱਲ ਸੁਣੀ ਤੇ ਇੱਕ ਸਿੰਘ ਦੀ ਡਿਊਟੀ ਲਾਏ ਵੀ ਫਲਾਣੇ ਜੜੇ ਹੈਗੇ ਆ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਜਾਵੇ ਤੇ ਉਹ ਕਹਿੰਦੇ ਜੀ ਉਹਨੂੰ ਕਾਰ ਮੰਗਦੇ ਆ ਕੁੜੀ ਕਹਿੰਦੀ ਵੀ ਕਾਰ ਮੰਗਦੇ ਆ ਸਾਡੇ ਕੋਲ ਸਾਰਾ ਪੰਡਾਲ ਲੱਗਾ ਸਾਰੀਆਂ ਸੰਗਤਾਂ ਬੈਠੀਆਂ ਗਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਨੂੰ ਉਹ ਬੇਟੀ ਨੂੰ ਆਪਣੇ ਲਾਗੇ ਬਾ ਲਿਆ ਇਹ ਨਹੀਂ ਵੇਖਿਆ ਇਹ ਕਿਹਦੇ ਹਿੰਦੂ ਦੀ ਬੇਟੀ ਆ ਕਿ ਮੁਸਲਮਾਨ ਦੀ ਬੇਟੀ ਆ ਜਾਂ ਕਿਸੇ ਦੀ ਬੇਟੀ ਆ ਗਿਆ ਸਿੱਖ ਦੀ ਬੇਟੀ ਆ ਉਹਨ ਸੰਤ ਜਰਨੈਲ ਸਿੰਘ ਖਾਲਸਾ ਜਦੋਂ ਆਪਣੇ ਕੋਲ ਬਾ ਲਿਆ ਉਹਨਾਂ ਨੂੰ ਬੇਟੀ ਨੂੰ ਤੇ ਫਲਾਣੇ ਨੂੰ ਕਹਿੰਦੇ ਵੀ ਫਲਾਣਾ ਸਿਆ ਦੱਸ ਤੇ ਤੂੰ ਕਾਰ ਮੰਗਦਾ ਵਾ 700 ਦੀ ਜਦੋਂ ਪੁੱਛਿਆ ਵਾ ਤੇ ਕਹਿੰਦੇ ਸਾਨੂੰ ਕਾਰ ਨਹੀਂ ਚਾਹੀਦੀ ਸਾਨੂੰ ਕੁਛ ਨਹੀਂ ਚਾਹੀਦਾ ਮੁਕਰ ਕੇ ਸੰਤਾਂ ਦੇ ਜਦੋਂ ਆਪਣੇ ਕਚਹਿਰੀ ਜਾਏ ਤਾਂ ਮੁਕਰ ਕੇ ਤੇ ਸਿੰਘ ਨੇ ਇੰਨੀ ਗੱਲ ਕਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਲੇ ਇੱਕ ਸਿੰਘ ਦੀ ਡਿਊਟੀ ਲਾਈਫ ਸਿੰਘਾ ਇਧਰ ਆ ਇਹ ਮਾਤਾ ਨੂੰ ਦੇ ਨੂੰ ਲੈ ਜਾ ਇਨ ਇੱਕ ਕਾਰ ਮੰਗਦੇ ਨਾ ਤੇ ਇਹਨਾਂ ਨੂੰ ਕਾਰ ਲੈ ਕੇ ਦੇ ਕੇ ਆ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਲੇ ਨੇ ਉਹ ਬੇਟੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਇਹ ਵੀ ਅੱਜ ਤੋਂ ਬਾਅਦ ਇਹ ਸਾਡੀ ਬੇਟੀ ਆ ਕਾਰ ਲੈ ਲਓ ਜੋਲ ਮੰਗਣਾ ਲੈ ਲਓ ਅਸੀਂ ਦਵਾਂਗੇ ਲੇਕਿਨ ਜੇ ਕਿਤੇ ਸਾਡੀ ਬੇਟੀ ਨੂੰ ਜੇ ਸਾਨੂੰ ਪਤਾ ਲੱਗਿਆ ਵੀ ਤੁਸੀਂ ਤੰਗ ਪ੍ਰੇਸ਼ਾਨ ਕੀਤਾ ਵਾ ਤੇ ਕਹਿੰਦਾ ਇਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ ਉਹ ਸਾਰਾ ਪਰਿਵਾਰ ਹੀ ਉਥੇ ਢੇਲੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ 73 ਲੇਕੜਨੇ ਸ਼ੁਰੂ ਕਰ ਦਿੱਤੇ ਤੇ ਉਸ ਸੰਤ ਜਰਨੈਲ ਸਿੰਘ ਉਹ ਦੁਨੀਆ ਦਾ ਮਹਾਨ ਯੋਧਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਉਹਨੇ ਉਸ ਧੀ ਨੂੰ ਆ ਸਿਰ ਦੇ ਉਤੇ ਹੱਥ ਰੱਖ ਕੇ ਤੇ ਉਹਨਾਂ ਦੇ ਨਾਲ ਤੋੜਿਆ ਇਹੋ ਜਿਹਾ ਯੋਧਾ ਤੇ ਇੱਕ ਜਿਹੜੇ ਆਪ ਜੀ ਕਹਿੰਦੇ ਜੇ ਬਲਾਤਕਾਰ ਵੀ ਬਲਾਤਕਾਰ ਕਰਦੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਕੋਲੇ ਵੀ ਇਹੋ ਜਿਹਾ ਕੇਸ ਆਇਆ ਸੀ ਇੱਕ ਕਿਸੇ ਕਿਸੇ ਸ਼ੈਲਰ ਦੇ ਉਤੇ ਕੁੜੀ ਮਾੜੇ ਘਰ ਦੀ ਕੁੜੀ ਸੀ ਉਹਦਣਾ ਬਲਾਟਾ ਰਿਆ ਬਾਪੂ ਸ਼ਰਾਬੀ ਕੁਆਬੀ ਮੋਨਾ ਸੀ ਉਹ ਤਕੇ ਖਾਂਦਾ ਸੀ ਕਦੀ ਕਿਤੇ ਕਦੀ ਕਿਤੇ ਠਾਣਿਆਂ ਦੇ ਵਿੱਚ ਰੁਲਦਾ ਫਿਰਦਾ ਸੀ ਉਹ ਜਿਸ ਜਦੋਂ ਕੁੜੀ ਦੀ ਹਾਲ ਹਾਲਤ ਮਾੜੀ ਹੋ ਗਈ ਤੇ ਉਹ ਜਦੋਂ ਹਸਪਤਾਲ ਦੇ ਵਿੱਚ ਗਿਆ ਤੇ ਉਹਦਾ ਡਾਕਟਰ ਸੀ ਉਹ ਸੰਤ ਜਨੈਲ ਸਿੰਘ ਖਾਲਸਾ ਪਿੰਡ ਰਾਇਲ ਦਾ ਪੈਰੋਕਾਰ ਸੀ ਉਹਨੇ ਕਿਹਾ ਵੀ ਜਾ ਸੰਤਾਂ ਕੋਲ ਚਲ ਜਾ ਤੇ ਕਾਲ ਤੱਕ ਸੰਤਾਂ ਕੋਲ ਚਲ ਜਾ ਤੇਰੀ ਸੁਣਵਾਈ ਹੋਏਗੀ ਜਦੋਂ ਸੰਤਾਂ ਨੂੰ ਜਾ ਕੇ ਵੀ ਆਖਿਆ ਦੱਸੀ ਗਈ ਉਹਨੇ ਇਨੀ ਵਿਖਿਆ ਸੰਤਾਂ ਨੇ ਵੀ ਇਹ ਮੋਨਾ ਕੋ ਨਾਏ ਇਹ ਸ਼ਰਾਬੀ ਕੋ ਆ ਵੀ ਇਹ ਕਹਿੰਦੇ ਆ ਜਿਹੜੇ ਲਾਗੇ ਆ ਜਿਹੜੇ ਬੈਠੇ ਸਿੰਘ ਹੀ ਉਹਨਾਂ ਨੇ ਦਸਾਂ ਦੇ ਮੁਤਾਬਕ ਸੰਤ ਇੰਨੇ ਗੰਭੀਰ ਅਵਸਥਾ ਦੇ ਵਿੱਚ ਚਲੇ ਗਏ ਤੇ ਕਦੀ ਅਸੀਂ ਅਸੀਂ ਇਹੋ ਜਿਹਾ ਉਹਨਾਂ ਦਾ ਚਿਹਰਾ ਕਦੀ ਇਸ ਤਰ੍ਹਾਂ ਕਦੀ ਵੇਖਿਆ ਨਹੀਂ ਇੰਨੀ ਗੰਭੀਰ ਅਵਸਥਾ ਦੇ ਵਿੱਚ ਤੇ ਡਿਊਟੀਆਂ ਲਾਤੀਆਂ ਵੀ ਫਲਾਣਾ ਸਿੰਘ ਵੀ ਜਾਓ ਉਹਨੂੰ ਫੜਕੇ ਲਿਆਓ ਸ਼ਾਮਾਂ ਤੱਕ ਉਹਦੇ ਪਿਓ ਨੂੰ ਚੁੱਕ ਕੇ ਲਿਆਂਦਾ 2:30 ਵਜੇ ਤੱਕ ਸ਼ਾਮਾਂ ਨੂੰ 5:00 ਵਜੇ ਤੱਕ ਉਹ 5:00 ਵਜੇ ਦਾ ਟਾਈਮ ਤਾਂ 2:30 ਵਜੇ ਆ ਗਿਆ ਉਹਨੂੰ ਧੱਕੇ ਮਾਰ ਕੇ ਛੱਤਰ ਮਾਰ ਕੇ ਕੱਢਿਆ ਦਾ ਮੁੰਡਾ ਚੁੱਕ ਲਿਆ ਗਿਆ ਤੁਸੀਂ ਬਲਾਤਕਾਰ ਦੀ ਗੱਲ ਕਰਦੇ ਨਾ ਬਲਾਤਕਾਰ ਬਲਾਤਕਾਰ ਕਿੱਦਾਂ ਠੱਲ ਪੈਣੀ ਆ ਤੇ ਜਦੋਂ ਉਹਦਾ ਮੁੰਡਾ ਚੁੱਕ ਕੇ ਲਿਆਂਦਾ ਤੇ ਪਿਓ ਲੇਲੜੀਆਂ ਕੱਢਦਾ ਆ ਗਿਆ ਮਗਰ ਕਹਿੰਦਾ ਫਲਾਣੇ 15 ਦਿਨਾਂ ਬਾਅਦ ਆਪਣਾ ਮੁੰਡਾ ਲੈ ਜੀ ਆਖੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਲਾ ਦੇ ਸਿੰਘਾਂ ਨੇ ਉਹਨੂੰ ਵੱਢ ਕੇ ਬੋਰੀ ਜਪਾ ਕੇ ਤੇ ਉਹਦੇ ਘਰ ਭੇਟ ਕਰ ਦਿੱਤਾ ਗਿਆ ਐਦਾ ਐਦਾ ਬਲਾਤਕਾਰ ਦੇ ਜਿਹੜੇ ਆਂਦੇ ਆ ਬਲਾਤਕਾਰ ਨਾਲ ਠੱਲਾਂ ਪੈਂਦੀਆਂ ਵਾਂ ਬਲਾਤਕਾਰ ਜਿਹੜੇ ਆ ਐਦਾ ਠੱਲਾਂ ਪੈਂਦੀਆਂ ਬਲਾਤਕਾਰ ਜਿਹੜੇ ਆ ਗਿਆ ਐਦਾ ਨਹੀਂ ਆ ਕਿ ਪੁਲਿਸ ਮਗਰ ਲਾ ਕੇ ਉਹਨਾਂ ਦੇ ਪੇਂਟ ਨੂੰ ਘੇਰਾ ਪਾ ਲਿਆ ਡਰਾਮੇਬਾਜੀ ਡਰਾਮੇਬਾਜੀ ਮੋਦੀ ਜੀ ਖਤਮ ਕਰੋ ਜੇ ਬਲਾਤਕਾਰੀਆਂ ਨੂੰ ਫਾਂਸੀ ਦੇਣੀ ਆ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਜ ਦੀ ਸੋਚ ਤੁਹਾਨੂੰ ਰੱਖਣੀ ਪੈਣੀ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਲੇ ਦੇ ਜਿਹੜੇ ਕਾਨੂੰਨ ਬਣਾਏ ਉਹਨਾਂ ਦੇ ਚੱਲਦੇ ਸੀ ਉਹ ਤੁਹਾਨੂੰ ਅਪਣਾਉਣੇ ਪੈਣੇ ਆ ਫੇਰ ਹੀ ਠੱਲ ਪੈਣੀ ਆ ਬਲਾਤਕਾਰੀਆਂ ਨੂੰ ਪਰ ਕੀ ਜਾਣ ਚਾਹੋਂਗਰopath ਸਿੰਘ ਅਸੀਂ ਦੇਖਦੇ ਆਂ ਵੀ ਜੱਤ ਜਿਹੜੇ ਲੋਕ ਨੇ ਮੁੰਡੇ ਦੀ ਲਾਲ ਵਿੱਚ ਲਾਜਤਾ ਵਿੱਚ ਅਸੀਂ ਦੇਖਦੇ ਆਂ ਨੱਕ ਕੋਟੇ ਰਖਦੇ ਨੇ ਬਾਬੇ ਦੇ ਮੱਥੇ 'ਤੇ ਜਾ ਕੇ ਟੇਕਦੇ ਨੇ ਜੇਕਰ ਮੁੰਡੇ ਹੋ ਜਾਂਦੇ ਨੇ ਤੇ ਉਹ ਜਿਹੜੇ ਮੁੰਡੇ ਨੇ ਵੱਡੇ ਹੋ ਕੇ ਆਪਣੇ ਮਾਪੇ ਬਾਂ ਨੂੰ ਜਿਹੜਾ ਵਾ ਆਸ਼ਮ ਛੱਡ ਆਉਂਦੇ ਨੇ ਵੀ ਘਰੋਂ ਕੱਢ ਦਿੰਦੇ ਨੇ ਉਹਨਾਂ ਨੂੰ ਕੀ ਜਾਣ ਚਾਹੋਂਗੋ ਵੇਖੋ ਜੀ ਮੈਂ ਤੇ ਅੱਗੇ ਬੇਨਤੀ ਕਰਦਾ ਪਿਆ ਮੈਂ ਸਾਰੀ ਦੁਨੀਆ ਨੂੰ ਨੌਂਾਂ ਨੇ ਨੌਨ ਜਿਹੜੇ ਧੀ ਨੇ ਅਜੇ ਤੱਕ ਕਿਸੇ ਮੈਨੂੰ ਇੱਕ ਗੱਲ ਇੱਕ ਵੀ ਮੈਸੇਜ ਦੇ ਦਿਓ ਇੱਕ ਵੀ ਕੇਸ ਵਾ ਦਿਓ ਵੀ ਕਿਸੇ ਧੀ ਨੇ ਆਪਣੇ ਮਾਪਿਆਂ ਨੂੰ ਬਿਰਦਾ ਅਸ਼ਰਮ ਛੱਡਿਆ ਆਵੇ ਜਦੋਂ ਵੀ ਛੱਡ ਕੇ ਆਉਂਦਾ ਮੁੰਡਾ ਛੱਡ ਕੇ ਆਉਂਦਾ ਵਾ ਆਪਣੇ ਮਾਪਿਆਂ ਨੂੰ ਉਹ ਤੁਸੀਂ ਜਿੰਨਾ ਮੁੰਡਿਆਂ ਦੇ ਕਰਕੇ ਕਹਿੰਦੇ ਜੇ ਨੱਕ ਗੋਡੇ ਰਗੜਦੇ ਫਿਰਦੇ ਜੇ ਮੁੰਡਿਆਂ ਕਰਕੇ ਇਹੋ ਹੀ ਮੁੰਡੇ ਤੁਹਾਨੂੰ ਬਾਹ ਦੇ ਵਿੱਚ ਬਿਰਦਾ ਅਸ਼ਰਮ ਛੱਡ ਕੇ ਆਉਂਦੇ ਆ ਦੇਸ਼ ਦੇ ਵਿੱਚ ਕਿੰਨੇ ਬਿਰਦਾ ਅਸ਼ਰਮ ਉਹ ਹੈ ਕਿ ਕਿੰਨੇ ਬਣਾਏ ਆ ਕਿੰਨੇ ਕਿੰਨੇ ਕਿਤੇ ਸਿਰ ਬੱਚਿਆਂ ਮੁੰਡਿਆਂ ਕਰਕੇ ਮੁੰਡੇ ਅੱਛਾ ਮੰਨੋ ਇੱਕ ਨੌ ਕਹਿੰਦੀ ਆ ਵੀ ਮੈਂ ਤੇ ਤੇਰੇ ਮਾਪਿਆਂ ਨੂੰ ਪਸੰਦ ਨਹੀਂ ਕਰਦੀ ਉਹਨੂੰ ਕਹਿ ਬਚਾਲਾ ਦਫਾ ਹੋ ਤੂੰ ਤੂੰ ਕੌਣ ਆ ਵੀ ਮੇਰੇ ਮਾਪਿਓ ਦੀ ਸੇਵਾ ਮੈਂ ਕਰਨੀ ਆ ਮੇਰੇ ਮਾਪਿਓ ਜਿੰਨਾ ਚਿਰ ਮੇਰੇ ਸਵਾਸ ਚੱਲਦੇ ਮੈਂ ਆਪਣੇ ਮਾਪਿਓ ਦੀ ਸੇਵਾ ਕਰਾਂਗਾ ਮੈਂ ਮਾਪਿਆਂ ਨੂੰ ਆਪਣੇ ਨੂੰ ਬਾਹਰ ਨਹੀਂ ਕੱਢਣਾ ਇਹ ਹੁੰਦੇ ਆ ਰੰਨਾ ਦੇ ਪੁਜਾਰੀ ਜਿਹੜੇ ਇਹੋ ਜਿਹੇ ਧੁੰਦੇ ਨਾ ਮੁੰਡੇ ਇਹੋ ਜਿਹੇ ਰੰਨਾ ਦੇ ਪੁਜਾਰੀ ਹੁੰਦੇ ਜਿਹੜੇ ਆਪਣੇ ਰੰਨਾ ਦੇ ਕਹਾਂ ਤੇ ਆਪ ਆਪਿਆਂ ਨੂੰ ਬਾਹਰ ਕੱਢ ਦਿੰਦੇ ਆ ਗਿਆ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਹੋ ਜਿਹੇ ਉਹਨੂੰ ਸ਼ਰਮੇ ਸ਼ਰਮੋ ਉਹ ਜਿਸ ਮਾਪਿਓ ਨੇ ਤਰਲੇ ਮਿੰਤਾ ਕਰਕੇ ਅਕਬਰ ਨੇ ਵੀ ਕਹਿੰਦੇ ਆ ਜਾ ਜਾ ਆਪਣਾ ਜahangir ਨੂੰ ਤਰਲਿਆਣਾ ਲਿਆ ਹੀ ਇਤਿਹਾਸ ਗਵਾਗਾ ਵਾ ਅਕਬਰ ਦੇ ਘਰ ਵੀ ਨਿਆਣਾ ਨਹੀਂ ਜੰਮਦਾ ਤੇ ਅਕਬਰ ਨੇ ਕੀ ਖਾਟ ਲਿਆ ਦੱਸੋ ਜੀ ਇਤਿਹਾਸ ਗਵਾਗਾ ਹੈ ਉਹ ਵੀ ਇੱਕ ਕਨੀਜ਼ ਨਾਲ ਵਿਆਹ ਕਰਾਉਂਦਾ ਮਰ ਆਪੇਓ ਪੁੱਤਾਂ ਦੀ ਆਪੇ ਲੜਾਈ ਹੋਈ ਇਹੋ ਹੀ ਆ ਨਾ ਇਤਿਹਾਸਿਕ ਹੈ ਮੈਂ ਗਲਤ ਨਹੀਂ ਹੈਗਾ ਜੇ ਗਲਤ ਹੈਗਾ ਕਮੈਂਟ ਦੇ ਵਿੱਚ ਦੱਸ ਦਿਓ ਵੀ ਹਰਪਾਲ ਸਿੰਘ ਗਲਤ ਬੋਲਦਾ ਪਿਆ ਵਾ ਉਹ ਵੀ ਇੱਕ ਕਨੀਜ਼ ਦੇ ਮਗਰ ਲਾ ਕੇ ਕਹਿੰਦੇ ਪਿਓ ਪੁੱਤਾਂ ਦੇ ਵਿੱਚ ਲੜਾਈ ਹੋ ਪੈਂਦੀ ਆ ਜਦੋਂ ਕਿ ਉਹ ਤਰਲਿਆਣਾ ਸ਼ਾਹ ਜੋ ਉਹਨੂੰ ਆਪਣਾ ਅਕਬਰ ਆਪਣੇ ਬੇਟੇ ਨੂੰ ਮੰਗਦਾ ਪਿਆ ਵਾ ਤੇ ਮੈਂ ਨਾ ਇੱਕ ਹੋਰ ਮੈਂ ਇੱਕ ਬੇਨਤੀ ਕਰਨਾ ਪੈਣਾ ਵਾ ਕਿ ਧੰਤਨ ਬਾਬਾ ਬੁੱਢਾ ਜੀ ਉਥੇ ਸਾਰੀ ਦੁਨੀਆ ਝੁਕਦੀ ਆ ਸਾਰੀ ਦੁਨੀਆ ਤੇ ਜਾਂਦੀ ਆ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਹੈ ਇੱਕ ਇੱਕ ਹੋਰ ਹੀ ਧਾਰਨਾ ਦੇਤੀ ਆ ਕਿ ਉਥੇ ਪੁੱਤਾਂ ਪੁੱਤ ਦੀ ਦਾਤ ਮਿਲਦੀ ਆ ਨਹੀਂ ਵੀ ਸੱਜਣੋ ਪੁੱਤਾਂ ਦੀ ਦਾਤ ਨਹੀਂ ਮਿਲਦੀ ਉਥੇ ਬੱਚਿਆਂ ਦੀ ਦਾਤ ਮਿਲਦੀ ਆ ਉਥੇ ਇੱਕੋ ਹੀ ਇਹਨਾਂ ਰਟਾ ਲਾ ਛੱਡਿਆ ਵਾ ਪੀਪਾ ਪੁੱਤਰਾਂ ਦਾ ਦਾਨੀ ਬਾਬਾ ਬੁੱਢਾ ਜੀ ਨਹੀਂ ਸਜਣੋ ਨਾ 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 ਉਹ ਸਾਰਿਆਂ ਦੇ ਦਾਨੀ ਹਗੇ ਆ ਉਹ ਧੀਆਂ ਹੁੰਦੀਆਂ ਧੀਆਂ ਵੀ ਉੱਥੇ ਮਿਲਦੀਆਂ ਜਿਨ੍ਹਾਂ ਦੇ ਘਰ ਹੁੰਦਾ ਹੀ ਕੱਖ ਨਹੀਂ ਆ ਜੇ ਉੱਥੇ ਧੀ ਹੋਏਂਦੇ ਕੀ ਗੱਲ ਬਾਬਾ ਬੁੱਢਾ ਸਾਹਿਬ ਨੇ ਧੀ ਨਹੀਂ ਦਿੱਤੀ ਫਿਰ ਇਹਦਾ ਮਲਤੇ ਹੋਈ ਹੋ ਗਿਆ ਨਾ ਵੀ ਜੇ ਉੱਥੇ ਪ੍ਰਸ਼ਾਦੇ ਚੜਾ ਕੇ ਆਉਂਦੇ ਜੇ ਉੱਥੇ ਨੱਕ ਗੋਡੇ ਰਗੜਤੀ ਸੀ ਨੱਕ ਗੋਡੇ ਰਗੜਦੀ ਆ ਮਿਸਾਲ ਦਿੱਤੀ ਹੈ ਨਾ ਮੈਂ ਨੱਕ ਗੋਡੇ ਦੀ ਗੱਲ ਕਰਨ ਰਿਹਾ ਵੀ ਮਾੜ ਨੱਕ ਗੋਡਾ ਜੇ ਬਾਬਾ ਸਾਹਿਬ ਰਗੜਦੇ ਜੇ ਤੇ ਜੇ ਕਿਰਪਾ ਕਰ ਦਿੰਦੇ ਬਾਬਾ ਜੀ ਕਿਰਪਾ ਆਂਦੀ ਸਤਗੁਰ ਦੀ ਤੇ ਫਿਰ ਜੀ ਉਥੇ ਧੀ ਆਂਦੀ ਤਾਂ ਫਿਰ ਕੀ ਹੋਊਗੀ ਇੱਕ ਪਾਸੇ ਕਹਿੰਦੇ ਬੱਚਿਆਂ ਬੱਚਿਆਂ ਦਾ ਦਾਨੀਗਾਵਾ ਪੁੱਤਰਾਂ ਦਾ ਦਾਨੀ ਨਹੀਂ ਉਹ ਸਾਰਿਆਂ ਦਾ ਦਾਨੀ ਧੀਾਂ ਦਾ ਵੀ ਦਾਨੀ ਹੈ ਪਰਪਾਲ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਅਕਸਰ ਦੇਖਦੇ ਪਜਾਤਰ ਇਸ ਤ੍ਹਾਂ ਦੇ ਹਰ ਸਾਹਮਣੇ ਕੇਸ ਹੁੰਦੇ ਆਂ ਵੀ ਜਿਹੜੀਆਂ ਸੱਸਾਂ ਕਹਿੰਦੀਆਂ ਨੇ ਵੀ ਨੋ ਜਿਹੜੀ ਆ ਕਦੀ ਸਟੋਕ ਫਟ ਕੇ ਜਿਹੜਾ ਵਾ ਮਰ ਗਈ ਆ ਕਦੀ ਫਲਾਣਾ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਵੀ ਦੇਖੋ ਜੀ ਜਿਹੜੀ ਧੀਆ ਹੁੰਦੀਆਂ ਨਾ ਵੇਖੋ ਆ ਪਿੱਛੇ ਵੀ ਜਦੋਂ ਸਟੋਕ ਹੁੰਦੇ ਸੀ ਉਦੋਂ ਸਟੋਕ ਫਟਦੇ ਸੀ ਸਟੋਪ ਜਦੋਂ ਫਟਣਾ ਨੌਂ ਤੇ ਫਟਣਾ ਉਹ ਸੱਤ ਸੱਤੇ ਅਜੇ ਤੱਕ ਸਟੋਪ ਨਹੀਂ ਫਟਿਆ ਨਣਾਂ ਦੇ ਸਟੋਪ ਅਜੇ ਤੱਕ ਨਹੀਂ ਫਟਿਆ ਇਹ ਕਿਹੋ ਜਿਹਾ ਸਟੋਪ ਜਿਹੜੇ ਜੰਪੇ ਹੀ ਦੁਨੀਆ ਤੇ ਉਤੇ ਇਹ ਕਿਹੜੇ ਯੰਤਰ ਮੰਤਰ ਮਾਰੇ ਹੀ ਵੀ ਇਹ ਸਟੋਪ ਜਿਹੜੇ ਨੌਂਾਂ ਤੇ ਹੀ ਫਟਦੇ ਆਗੇ ਹੀ ਸਿਰਫ ਨੌਂਾਂ ਤੇ ਸਟੋਪ ਫਟਦੇ ਆਗੇ ਹੀ ਇਹ ਸਿਰਫ ਸੋਚੀ ਸਮਝੀ ਸਕੀਮ ਨਾਲ ਸਾਰਾ ਕੰਮ ਚੱਲਿਆ ਹੈ ਫਿਰ ਜੇ ਵੇਖੋ ਜਿਹੜੇ ਗੰਦੇ ਲੋਕ ਹੈਗੇ ਨਾ ਗੰਦੇ ਲੋਕ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਿਰਤੀ ਗੰਦੀ ਹੈਗੀ ਆ ਉਹ ਇਹੋ ਜੇ ਕੰਮ ਕਰਦੇ ਆ ਪਰ ਜੇ ਸਟੋਵ ਖਤਮ ਹੋ ਗਏ ਦੇ ਬਾਅਦ ਗੈਸਾਂ ਤੇ ਆ ਗਏ ਗੈਸ ਗੈਸ ਲੀਕ ਕਰ ਦੇਣੀ ਹੁਣ ਨੌ ਨੇ ਵਿਚਾਰੀ ਨੇ ਸਵੇਰੇ ਉੱਠ ਕੇ ਤੇ ਬਲਣਾ ਹੀ ਬਲਣਾ ਵਾ ਤੇ ਜੇ ਉਹ ਉਹ ਮਰਗੀ ਤੇ ਕਹਣਾ ਜੀ ਇਹੋ ਜੀ ਗੈਸ ਲੀਕ ਹੋ ਗਈ ਉਹ ਇਹ ਜਿਹੜੇ ਲੋਕ ਗੰਦੇ ਲੋਕ ਇਹਨਾਂ ਨੂੰ ਇਹਨਾਂ ਦੀ ਬਿਰਤੀ ਕੋਈ ਨਾ ਕੋਈ ਦਿਮਾਗ ਜਿਹੜਾ ਹੈਗਾ ਸ਼ੈਤਾਨੀ ਦਿਮਾਗ ਉਹ ਉਹਨਾਂ ਕੋਲ ਚੱਲਦਾ ਹੀ ਰਹਿੰਦਾਗਾ ਚੱਲਦਾ ਹੀ ਰਹਿੰਦਾਗਾ ਵਾ ਲੇਕਿਨ ਇਹੋ ਜਿਹੇ ਪਿਸਾਦ ਜਿਹੜੇ ਲੋਕ ਆ ਇਹਨਾਂ ਨੂੰ ਠੱਲ ਪਾਉਣ ਲਈ ਸਿਰਫ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਦਾ ਯੋਧਾ ਜਿਹੜਾ ਕੋਈ ਰਾਜ ਕਰਦਾ ਇਹੋ ਜਿਹਾ ਬੰਦਾ ਚਾਹੀਦਾ ਇਨਸਾਫ ਚਾਹੀਦਾ ਦੇਣ ਵਾਲਾ ਜਿਹੜਾ ਜਦੋਂ ਵੀ ਇਨਸਾਫ ਦੇਣ ਵਾਲਾ ਕੋਈ ਰਾਜ ਕਰੇਗਾ ਉਦੋਂ ਧੀਆਂ ਨੂੰ ਇਨਸਾਫ ਜ਼ਰੂਰ ਮਿਲੇਗਾ ਪਰਪਾਤ ਸਿੰਘ ਖਾਸਾ ਕੀ ਗਿਆ ਚਕ ਨੇਰਾ ਨਾਰਾ ਜਿਹੜਾ ਚੱਲਦਾ ਸੀ ਬੇਟੀ ਬਚਾਓ ਬੇਟੀ ਪੜਾਓ ਕਿਸ ਤਰ੍ਹਾਂ ਤੁਸੀਂ ਦੇਖਦੇ ਸੁਣਾੜੇ ਨੂੰ ਓਏ ਬਾਬਾ ਜੀ ਮੋਦੀ ਦਾ ਨਾਰਾ ਵਾਗਾ ਹੈ ਨਾ ਨਾਰਾ ਨ ਤੇ ਨੱਕਾ ਹੈ ਛੜਾ ਬੰਦਾ ਮਲੰਗ ਉਹ ਉਹ ਨੂੰ ਬੇਸ਼ਰਮ ਨੂੰ ਪਤਾ ਹੀ ਨਹੀਂ ਹੈਗਾ ਵੀ ਮੈਂ ਨਾਰਾ ਦੇ ਦਿੱਤਾ ਉਹ ਨਾਰੇ ਦੇ ਅਮਲ ਤੇਰੇ ਪਿਓ ਨੇ ਕਰਨਾ ਸੀ ਨਾਰੇ ਦੇ ਅਮਲ ਵੀ ਤੇ ਕਰਨਾ ਚਾਹੀਦਾ ਰਾਜੇ ਦਾ ਮਤਲਬ ਹੁੰਦਾ ਵੀ ਜੇ ਉਹਨੇ ਕੋਈ ਕਾਨੂੰਨ ਬਣਾਇਆ ਤੇ ਉਹ ਤੇ ਅਮਲ ਕਰੇ ਤੂੰ ਕਹਤਾ ਬੇਟੀ ਪੜਾਓ ਚਲੋ ਬੇਟੀ ਮੈਂ ਨਾ ਤੂੰ ਪੜਾਉਂਦਾ ਵੀ ਹੋਏਗਾ ਮੈਂ ਮੰਨ ਲਿਆ ਤੇਰੀ ਗੱਲ ਮੈਂ ਮੰਨ ਲਿਆ ਨਾ ਮੋਦੀ ਜੀ ਤੁਹਾਡੀ ਗੱਲ ਮੰਨ ਲਿਆ ਸੱਤ ਬਚਨ ਸਿਰ ਮਤੇ ਲੇਕਿਨ ਜਿਹੜੀ ਆ ਨਾ ਤੁਸੀਂ ਨਾਰਾ ਦੇ ਬੇਟੀ ਬਚਾਓ ਤੂੰ ਬੇਟੀ ਪੁਚਾਈ ਕਿੱਥੇ ਆ ਇੰਨੇ ਬਲਾਤਕਾਰ ਹੋਏ ਦੇਸ਼ ਦੇ ਵਿੱਚ ਤੂੰ ਇੱਕ ਨੂੰ ਫਾਂਸੀ ਦਿੱਤੀ ਆ ਜੇ ਤੂੰ ਫਾਂਸੀ ਦੇਣ ਦਾ ਤੇ ਚੜਦੀ ਕਲਾ ਹੋ ਜੀ ਮੋਦੀ ਤੇਰੀ ਕੇ ਨੇ ਤੈਨੂੰ ਛੜਾ ਕਹਿਣਾ ਹੀ ਨਹੀਂ ਕੋਈ ਕਹਿੰਦਾ ਚਾਹ ਵਾਲਾ ਮੈਂ ਨਾ ਵੇਖੋ ਦੁਨੀਆ ਕਹਿੰਦੀ ਚਾਹ ਵਾਲਾ ਚਾਹ ਵਾਲਾ ਕਰਦੀ ਮੈਨੂੰ ਨਹੀਂ ਪਤਾ ਵੀਰੇ ਤੂੰ ਚਾਹ ਵਾਲਾ ਕਿਹੜਾ ਆ ਸਿੱਧੀ ਗੱਲ ਮੈਂ ਨਾ ਦੁਨੀਆ ਦਾ ਭਲਾ ਕਰਦੇ ਉਹਨਾਂ ਨੂੰ ਫਾਂਸੀਆਂ ਚਾੜ ਦੇ ਤੇ ਆਪਾਂ ਤੇਰਾ ਨਾਲ ਖੁਸ਼ ਹੈਗੇ ਆ। ਪਰ ਕੀ ਕਿਤਾ ਦੇ ਦਿਓ ਜਿਹੜੀ ਪਿਛਲੇ ਦਿਨ ਹਰ ਸੇਮਤ ਜਿਹੜੀ ਬਾਦਲ ਆ ਬੀਬੀ ਉਹਨਾਂ ਨੰਨੀ ਸ਼ਾਸ਼ੂ ਕੀਤੀ ਗਈ ਸੀ ਉਹਨਾਂ ਵੱਲੋਂ ਕਿਹਾ ਸੀ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਤੁਸੀਂ ਕਿਤਾ ਦੇ ਦਿਓ। ਉਹ ਵੇਖੋ ਜੀ ਨੰਨੀ ਸ਼ਾ ਡਰਾਮੇ ਬਾਜੀ ਟੀਵੀ ਦੇ ਠੀਕ ਹੈ ਜੀ। ਜੜਾ ਪਰਿਵਾਰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਕਰ ਸਕਿਆ ਉਹ ਨੰਨੀ ਛਾਂ ਦਾ ਕੀ ਸਤਿਕਾਰ ਕਰੇਗਾ ਪਹਿਲਾਂ ਮੈਨੂੰ ਇਹ ਗੱਲ ਦੱਸ ਦਿਓ ਪੱਤਰਕਾਰੋ ਮੈਂ ਤੁਹਾਡੇ ਰਾਹੀਂ ਮਾਧਿਅਮ ਰਹੀਂ ਇਹਨਾਂ ਨੂੰ ਮੈਸੇਜ ਦੇਣਾ ਚਾਹਣਾ ਦੁਨੀਆ ਨੂੰ ਜਿਹੜੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਸਕੇ ਉਹ ਨੰਨੀ ਛਾਂ ਦਾ ਕੀ ਸਤਿਕਾਰ ਕਰਨਗੇ ਲਾਸਵਾਲ ਮੇਰਾ ਜੀ ਕੀ ਗੱਲਾਂ ਚਾਹੋਗੇ ਅਸੀਂ ਐਕਸਾਂ ਦੇ ਦਿੰਦੇ ਪਿਛਲੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਹਾਈ ਕੋਰਟ ਜਾ ਕੇ ਧੀ ਵੱਲੋਂ ਵਿਆਹ ਕਰਵਾ ਜਾਂਦਾ ਵਾ ਪਰ ਉੱਥੇ ਇੱਕ ਜਿਹੜਾ ਬਾਪੋ ਲਿਆ ਜਿਹੜਾ ਪਿਓ ਵਾ 20 ਸਾਲ ਜਿਹੜਾ ਉਸ ਧੀ ਨੂੰ ਵੱਡਿਆ ਕਰਦਾ ਪਾਲ ਪੋਸ ਕੇ ਪਰ ਉਹ ਇੱਕ ਮਿੰਟ ਜਿਹੜੀ ਉਹ ਬਗਾਨੀ ਹੋ ਜਾਂਦੀ ਨੇ ਅਸੀਂ ਦੇਖਿਆ ਵੀ ਉਹ ਜਿਹੜਾ ਪਿਓ ਵਾ ਤੱਲੇ ਮਾਰਦਾ ਰਹਿ ਗਿਆ ਆਪਣੀ ਧੀ ਗਾੜੀ ਵੀ ਤੂੰ ਮਿੰਤਾ ਕਰਦਾ ਗਿਆ ਰਹਿ ਗਿਆ ਵੀ ਘਰੇ ਆ ਜਾ ਪਰ ਉਹ ਜਿਹੜੀ ਧੀ ਵਾਪਸ ਨਹੀਂ ਆਈ ਉਸ ਮੁੰਡੇ ਨਾਲ ਚਲ ਗਈ ਕੀ ਗੱਲਾਂ ਚਾਹੋਗੇ ਜੀ ਹਾਂ ਧੀਾਂ ਤੇ ਉਸ ਟਾਈਮ ਤੇ ਮਾਪੇ ਤੇ ਕੀ ਬੀਧੀ ਆ ਵੇਖੋ ਜੀ ਆਪਾਂ ਨਾ ਮੁੰਡੇ ਤੇ ਇਲਜ਼ਾਮ ਬੜਿਸ਼ਤੀ ਲਾ ਦਿੰਨੇ ਆ। ਕਿ ਮੁੰਡੇ ਦੇ ਵੀ ਮੁੰਡਾ ਕੁੜੀ ਨੂੰ ਕੱਢ ਕੇ ਲੈ ਗਿਆ। ਜੇ ਕੁੜੀ ਘਰੋਂ ਪੈਰ ਹੀ ਨਹੀਂ ਕੱਢੇਗੀ ਤੇ ਮੁੰਡਾ ਕਿਦਾਂ ਕੱਢ ਕੇ ਲੈ ਜਾਏਗਾ। ਉਹ ਤੇ ਅਗਵਾ ਦਾ ਕੇਸ ਹੋ ਜਾਂਦਾ ਜੇ ਕੋਈ ਜ਼ਬਰਦਸਤੀ ਕਰੇ ਜਾਂ ਕਿਦਾਂ 5-6 ਜਾਣੇ ਲੈ ਕੇ ਆ। ਵੇਖੋ ਜਦੋਂ ਧੀ ਨੇ ਪੈਰ ਕੱਢ ਦਿੱਤਾ ਘਰੋਂ ਤੇ ਪਿਓ ਦੇ ਦਮਾਲਾ ਰੋਲ ਦਿੱਤਾ ਪੱਗ ਰੋਲਦੀ ਪੈਰ ਕੱਢਦੇ ਕਿਸੇ ਨਾਲ। ਧੀ ਦਾ ਧੀ ਨੇ ਉਹ ਦਮਾਲਾ ਰੋਲ ਦਿੱਤਾ ਪੱਗ ਰੋਲ ਦਿੱਤੀ। ਜੇ ਹਿੰਦੂ ਵੀਰ ਆ ਬਿੰਦੂ ਵੀਰ ਉਹਦਾ ਇਸ਼ਟ ਰੋਲ ਦਿੱਤਾ ਮੁਸਲਮਾਨ ਉਹਦਾ ਇਸ਼ਟ ਰੋਲ ਦਿੱਤਾ ਕਹਿਣ ਦਾ ਮਤਲਬ ਹੈ ਗਾਵਾ ਇਹੋ ਜੀਆਂ ਗੰਦੀਆਂ ਧੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਤੇਰਾ ਬਾਬਲ ਉਹ ਤੇਰਾ ਬਾਪੂ ਲੇਲਣੀਆਂ ਕਰਦਾ ਵੇ ਅਦਾਲਤ ਦੇ ਵਿੱਚ ਤੇ ਗੋਲੀ ਮਾਰਨੀ ਫਿਰ ਇਹੋ ਜੀ ਧੀਆਂ ਨੂੰ ਕੀ ਕਰਨਾ ਹੈ ਇਹੋ ਜੀ ਧੀਆਂ ਨੂੰ ਜੜੀ ਇੱਧਰ ਮੇਰੀ ਗੱਲ ਸੁਣੋ ਪਿਓ ਦੀ ਪੱਗ ਸ਼ਰੇ ਆਮ ਕਚਾਰੀ 'ਚ ਰੋਲਣ ਲਈ ਹੈਗੀ ਆ ਇਹੋ ਜੀ ਇੱਕ ਧੀ ਨੂੰ ਗੋਲੀ ਮਾਰਨੀ ਹੈਗੀ ਆ ਵੇਖੋ ਸਮਾਜ ਜਿਹੜਾ ਜਦੋਂ ਚੱਲਦਾ ਨਾ ਚੰਗਿਆਂ ਨਾਲ ਵੀ ਚੱਲਦਾ ਤੇ ਮਾੜਿਆਂ ਨਾਲ ਵੀ ਚੱਲਦਾ ਵਾ ਸਮਾਜ ਦੇ ਵਿੱਚ ਚੰਗੇ ਵੀ ਬੰਦੇ ਹੁੰਦੇ ਤੇ ਮਾੜੇ ਬੰਦੇ ਵੀ ਹੁੰਦੇ ਆ ਲੇਕਿਨ ਜੇ ਦਿਰੀਆਂ ਧੀਆਂ ਇਹੋ ਜਿਹੀਆਂ ਕੰਮ ਕਰਦੀਆਂ ਮੈਂ ਨਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਹ ਵੇ ਬਾਪੂ ਦੀ ਪੱਗ ਨੂੰ ਲਾਜ ਨਾ ਲੱਗਣ ਦਿਓ ਵੇਖੋ ਘਰੋਂ ਪੈਰ ਕੱਢਣ ਤੋਂ ਪਹਿਲਾਂ ਜਦੋਂ ਮਾੜੇ ਕੰਮ ਲਈ ਪੈਰ ਕੱਢਣ ਤੋਂ ਪਹਿਲਾਂ ਇਹ ਸੋਚੋ ਕਿ ਮੇਰਾ ਭਰਾ ਵਾ ਮੇਰਾ ਭਰਾ ਪੱਗ ਬੰਨਦਾ ਵਾ ਮੇਰਾ ਭਰਾ ਮਾਰਕੀਟ 'ਚ ਰਹਿੰਦਾ ਮੇਰਾ ਭਰਾ ਸਮਾਜ 'ਚ ਰਹਿੰਦਾ ਮੇਰਾ ਬਾਪੂ ਸਮਾਜ 'ਚ ਰਹਿੰਦਾ ਵਾ ਉਹ ਕਿੱਦਾਂ ਸਿਰਦਾਏਗਾ ਜੇ ਇਹੋ ਜਿਹਾ ਕੰਮ ਹੋ ਗਿਆ ਤੇ ਇੱਕ ਤਾਂ ਕਾਨੂੰਨ ਬੜੇ ਗੰਦੇ ਬਣਾ ਛੱਡੇ ਇਹਨਾਂ ਨੇ ਕਾਨੂੰਨਾ ਨੇ ਬਿੜਾ ਕਰਤਾ ਉਹ ਜੇ ਕਾਨੂੰਨ ਬਣਾਏ ਆ ਤੇ ਕਾਨੂੰਨ ਇਹ ਵੀ ਤੇ ਹੋਣੇ ਚਾਹੀਦੇ ਹੈਗੇ ਆ ਵੀ 18 ਸਾਲ ਤੋਂ ਬਾਅਦ ਜਿਹੜੀ ਧੀ ਵਿਆਹ ਕਰਾਉਂਦੀ ਆ ਉਥੇ ਦੇ ਵਿੱਚ ਬਾਪੂ ਦਾ ਵੀ ਤੇ ਹਿੱਸੇਦਾਰੀ ਹੋਣੀ ਚਾਹੀਦੀ ਹੈ ਬਾਪੂ ਦਾ ਵੀ ਤੇ ਵਿੱਚ ਰੋਲ ਹੋਣਾ ਚਾਹੀਦਾ ਵਾ ਇਹ ਕਿਉਂ ਨਹੀਂ ਕਾਨੂੰਨ ਬਣਾਇਆ ਗਿਆ ਕਿ ਜੇ ਅਦਾਲਤ ਦੇ ਵਿੱਚ ਵਿਆਹ ਹੁੰਦਾ ਤੇ ਬਾਪੂ ਦਾ ਵੀ ਵਿੱਚ ਹੋਣਾ ਚਾਹੀਦਾ ਹਾਂ ਹੰਗਾਰਾ ਹੋਣਾ ਚਾਹੀਦਾ ਹਾਂ ਮੀ ਹੋਣੀ ਚਾਹੀਦੀ ਆ ਜੇ ਬਾਪੂ ਦੀ ਹਾਮੀ ਨਹੀਂ ਹੈਗੀ ਤੇ ਵਿਆਹ ਨਹੀਂ ਹੋਏਗਾ ਇਹ ਗੱਲ ਸੁਣੋ ਇਹੋ ਜਿਹਾ ਵੀ ਤਾਂ ਕਾਨੂੰਨ ਹੋਣਾ ਚਾਹੀਦਾ ਲੇਕਿਨ ਇਹ ਆ ਵੀ ਜੋ ਕਤੀ ਚੰਡਾਲ ਚੌਂਕੜੀ ਚੌਂਟ ਦੀ ਗੁੰਡੀ ਰਣ ਪ੍ਰਧਾਨ ਹੈ ਉਥੇ ਜੋ ਕੁੱਤਾ ਬਿੱਲਾ ਜਾ ਕੇ ਜਲਜੰਦਾ ਅਦਾਲਤ ਦੇ ਵਿੱਚ ਤੇ ਉਥੇ ਅੱਗੋਂ ਕੰਜਰ ਕੁੜੀ ਐ ਸਾਈਨ ਕਰਾ ਕੇ ਤੇ ਕੁੜੀ ਮੁੰਡੇ ਨੂੰ ਤੋੜ ਦੇ ਉਹ ਮਾਰ ਦੇ ਉਹਨਾਂ ਦੀ ਨਾ ਜਿਹੜਾ ਸਾਈਨ ਕਰਾ ਕੇ ਤੋੜਦਾ ਵਾ ਭਾਵੇਂ ਜੱਜ ਹੋਵੇ ਕੋਈ ਹੋਵੇ ਨਾ ਉਹਨੂੰ ਸ਼ਰਮ ਹੈਗੀ ਵੀ ਇਹ ਧੀ ਆ ਕਿਸੇ ਦੀ ਤੇ ਮੈਂ ਇਹ ਕੀ ਕੰਮ ਕਰਨ ਰਿਆਂਗਾ ਇਹ ਕੀ ਕੰਮ ਕਰਨ ਰਿਆਂਗਾ ਵੀ ਕਿਸ ਦੀ ਧੀ ਨੂੰ ਕਿਸ ਦੇ ਨਾਲ ਤੋਰਨ ਰਿਆਂਗਾ ਪ੍ਰਭਾਤ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅਸੀਂ ਦੇਖਦੇ ਆਂ ਅੱਜ ਕੱਲ ਸਮਾਜ ਵਿੱਚ ਛੋਟੇ ਛੋਟੇ ਬੱਚਿਆਂ ਜਿਹੜੀਆਂ ਜਿਆਦਾਤਰ ਟਿਕਟੋਕ ਜਿਹੜੀਆਂ ਅਸੀਂ ਵੀ ਦੇਖਦੇ ਆਂ ਡਾਂਸ ਕਰਦੀਆਂ ਟਿਕਟੋਕ ਬਣਾਉਂਦੀਆਂ ਨੇ ਵਾਂਸ ਵਾਂ ਨੇ ਕੱਪੜੇ ਪਾ ਕੇ ਉਹਨਾਂ ਮਾ ਬਾਂਪ ਨੂੰ ਕੀ ਕਹਿਣਾ ਚਾਹੋਗੇ ਵੇਖੋ ਜੀ ਅਸੀਂ ਕਹਿੰਦੇ ਆਂ ਵੀ ਅਸੀਂ ਤਰੱਕੀਆਂ ਕਰ ਲਈਆਂ ਠੀਕ ਆ ਜਦੋਂ ਕੰਪਿਊਟਰ ਆਇਆ ਸੀ ਨਾ ਕਹਿੰਦੇ ਬੜੀਆਂ ਤਰੱਕੀਆਂ ਕਰ ਲਈਆਂ ਬੜੀਆਂ ਮਲਾ ਮਾਰ ਲਈਆਂ ਕੋਈ ਤਰੱਕੀਆਂ ਨਹੀਂ ਜੇ ਹੋਈਆਂ ਤਰੱਕੀਆਂ ਤਰੱਕੀਆਂ ਕਾਹਦੀਆਂ ਹੋ ਗਈਆਂ ਪਹਿਲਾਂ ਮੈਨੇ ਦੱਸੋ ਬਿਲਕੁਲ ਮੋਬਾਈਲਾਂ ਵਿੱਚ ਗੰਦ ਭਰਿਆ ਪਿਆ ਵਾ ਇਹ ਇਹੋ ਜਿਹੇ ਫਿਲਮਾਂ ਵਿੱਚ ਦੱਸਦੇ ਇਧਰ ਮੇਰੀ ਗੱਲ ਸੁਣੋ ਹੈ ਮੈਂ ਨਾ ਮੈਨੂੰ ਤੇ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਇਧਰ ਮੇਰੀ ਗੱਲ ਸੁਣੋ ਇਹੋ ਇਹੋ ਜਿਹਾ ਗੰਦ ਭਰਿਆ ਹੁੰਦਾ ਵਾ ਮੈਂ ਉਹਨਾਂ ਸਿੰਪਲ ਮੋਬਾਈਲ ਠੀਕ ਹੈਗਾ ਸੀ ਬਟਨ ਵਾਲਾ ਵੀ ਕੋਈ ਗੰਦ ਤੇ ਨਹੀਂ ਹੈਗਾ ਸੱਚ ਪੁੱਛ ਜਿਹੜਾ ਮੋਬਾਈਲ ਸੀ ਨਾ ਜਿਹੜੀ ਤਰੱਕੀਆਂ ਕਹਣ ਡਏ ਜੇ ਟਿਕਟੌਕ ਬਣਾਉਂਦੀਆਂ ਵਾ ਏ ਵੇਖੋ ਅਸੀਂ ਤਰਕੀਆਂ ਕਹਿੰਦੇ ਆ ਨਹੀਂ ਅਸੀਂ ਆਪਣੀਆਂ ਧੀਆਂ ਨੂੰ ਗੰਦ ਭਰੋਸਣ ਦੇ ਆ ਗਏ ਆ ਮੋਬਾਈਲ ਦੇ ਕਹੇ ਨਾ ਜਿਹੜਾ ਟੱਚ ਵਾਲਾ ਮੋਬਾਈਲ ਦੇ ਕੇ ਆਪਾਂ ਆਪਣੀ ਧੀ ਨੂੰ ਕਹਿੰਦੇ ਆ ਲੈ ਮੋਬਾਈਲ ਨਾ ਫੜ ਇਹ ਗੰਦ ਫੜ ਬਲੂ ਫਿਲਮ ਫੜ ਆਪਾਂ ਬਲੂ ਫਿਲਮ ਵੇਖੇ ਦੇ ਵਿੱਚੋਂ ਕਿਉਂਕਿ ਮੈਂ ਸੱਚ ਬੋਲਦਾ ਸੱਚ ਬੋਲਦੇ ਕਈਆਂ ਨੂੰ ਬੜਾ ਕੌੜਾ ਲੱਗਣਾ ਪੀਰਪਾਲ ਸਿੰਘ ਖਾਲਸਤਾਨੀ ਕੀ ਹੋਈਆਂ ਗੱਲਾਂ ਕਰਦਾ ਗੱਲਾਂ ਮੈਂ ਸੱਚ ਕਰਨ ਦੇ ਆਵਾ ਮੈਂ ਕੋਈ ਮਨ ਘੜਤ ਗੱਲਾਂ ਨਹੀਂ ਕਰਨ ਦੇ ਆਗਾ ਵਾ ਹੁਣ ਇੱਕ ਹਿੰਦੂ ਵੀਰ ਆ ਮਾਲੋ ਪਾਠ ਕਰਨ ਡਿਆਗਾ ਵਾ ਠੀਕ ਆ ਜੀ ਉਹ ਰੋਮਾਂਡ ਦਾ ਪਾਠ ਕਰਨ ਡਿਆਗਾ ਔਰ ਰੋਮਾਂਡ ਦਾ ਪਾਠ ਕਰਕੇ ਤੇ ਆਪਣਾ ਤਿਲਕ ਤੁਲਕ ਲਾ ਕੇ ਜੇ ਮੰਜੇ ਤੇ ਬਹਿ ਕੇ ਮੋਬਾਈਲ ਫੜਦਾ ਤੇ ਉਹਦੇ ਸਾਹਮਣੇ ਇੱਕ ਨੰਗੀ ਤਸਵੀਰ ਆ ਜਾਏ ਤੇ ਪਹਿਲਾਂ ਮੈਨੂੰ ਦੱਸ ਉਹਦੇ ਬਰੇਂਚ ਤੇ ਵੜ ਗਿਆ ਨਾ ਉਹ ਕੰਮ ਹੋ ਸਕਦਾ ਉਹਦੇ 5-10 ਮਿੰਟ ਉਹਦਾ ਰਾਮ ਰਾਮ ਕਰਨ ਡਿਆ ਹੋਵੇ ਉਹ Hindu ਵੀਰ ਸਿੱਖ ਵੀਰ ਕੋਈ ਪਾਠ ਕਰਨ ਡਿਆ ਹੋਵੇ ਮੁਸਲਮਾਨ ਨਮਾਜ਼ ਪੜਨ ਡਿਆ ਹੋਵੇ ਨਮਾਜ਼ ਪੜਨ ਤੋਂ ਬਾਅਦ ਜਦੋਂ ਆਪਣਾ ਖੋਲਦਾ ਵਾ ਕਿ ਕੀ ਹੈਗਾ ਇਹ ਇਹ ਕਾਲ ਯੁਗ ਦਾ ਪੈਰਾਗਾ ਵਾ ਪੀ ਜੜਾ ਇਨਾ ਗੰਦ ਪਰੋਸਿਆ ਜਾਣ ਡਿਆਗਾ ਵਾ ਇਹੜਾ ਗੰਦ ਪਰੋਸਿਆ ਜਾਣ ਡਿਆ ਤੁਸੀਂ ਇਹਨੂੰ ਕਹਿੰਦੇ ਜੇ ਤਰਕੀਆਂ ਉਹ ਮੈਂ ਨਾ ਤੁਸੀਂ ਆਪਣਾ ਬੇੜਾ ਗਰਗ ਕਰ ਦਿੱਤਾ ਧੀਆ ਦਾ ਬੇੜਾ ਗਰਗ ਕਰ ਦਿੱਤਾ ਤੁਹਾਡਾ ਇਹ ਮੋਬਾਈਲਾਂ ਨੇ ਟੱਚ ਵਾਲਿਆਂ ਨੇ ਉਹ ਮੈਂ ਨਾ ਹਜੇ ਵੀ ਕੰਜਰੋ ਸੁਧਰ ਜੋ ਦੁਨੀਆ ਵਾਲਿਓ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਜੇ ਵੀ ਬਟਨ ਵਾਲੇ ਤੇ ਆਜੋ ਧੀਆ ਨੂੰ ਦੇਣਾ ਬਟਨ ਵਾਲਾ ਦਿਓ ਬਟਨ ਵਾਲਾ ਮੋਬਾਈਲ ਦਿਓ ਉਹ ਵੀ ਧੀ ਜੜੀ ਕੋਈ ਆਪਣੀ ਨੌਕਰੀ ਕਰਦੀ ਪਈ ਆ ਕੋਈ ਟੀਚਰ ਆ ਕਿਦਾਂ ਜਿੱਥੇ ਵੀ ਨੌਕਰੀ ਕਰਦੀ ਹੈ ਪਤਾ ਲੱਗੇ ਵੀ ਆਪਾਂ ਮਾਂ ਪਿਓ ਨੂੰ ਫੋਨ ਕਰਕੇ ਪੁੱਛ ਲਈ ਵੀ ਮੈਂ ਆ ਰਹੀ ਆ ਜਾ ਰਹੀ ਹਾਂ ਹੁਣ ਵੇਖੋ ਨਿੱਜੀ ਨਿੱਗੀਆਂ ਬੱਚੀਆਂ ਫੋਨ ਕਰਨ ਡੀਆਂ ਹੁੰਦੀਆਂ ਮਾਹੀ ਇਹ ਵੇਨੇ ਗਲੀਆਂ ਦੇ ਵਿੱਚ ਕੀ ਆ 8 9 9 9 ਸਾਲ ਦੀਆਂ ਟੀਚਰਾਂ ਕਰਨ ਡੀਆਂ ਹੁੰਦੀਆਂ ਸੰਡੀਆਂ ਤੇ ਕਿਹੜੀ ਮਾਂ ਐ ਹੋਜੀਆਂ ਗੱਲਾਂ ਕਰਨ ਡੀਆਂ ਵੀ ਦੱਸੋ ਜਿਹੜੀਆਂ ਵੀ ਲੰਬੀਆਂ ਲੰਬੀਆਂ ਗੱਲਾਂ ਕਰਦੀਆਂ ਪਈਆਂ ਇੱਥੋਂ ਲੈ ਕੇ ਤੇ ਜਿਉਂ ਸਕੂਲ ਤੱਕ ਗੱਲਾਂ ਕਰਦੀਆਂ ਉਹ ਕਿਦਾਂ ਗੱਲਾਂ ਕਰਦੀਆਂ ਮਾਂ ਨਾਲ ਵੀ ਗੱਲ ਮਾਂ ਪਿਓ ਕੋ ਇੰਨਾ ਟਾਈਮ ਹੈਗਾ ਬਗ ਬਗ ਲਗਾ ਭਰਾ ਕਰਦਾ ਇਹਦੀਆਂ ਗੱਲਾਂ ਪਰ ਘਰੋਂ ਤੇ ਆਈ ਹੁੰਦੀ ਆ ਉਹ ਫਿਰ ਗੱਲਾਂ ਕਿਦਾਂ ਹੁੰਦੀਆਂ ਹੁੰਦੀਆਂ ਸਿਰ ਬੇੜਾ ਘਰ ਕਰ ਕਰ ਰਹਾਤਾ ਲਾ ਸਵਾਲ ਮੇਰਾ ਜੀ ਕੀ ਨਾਂ ਰੱਖਿਆ ਗਿਆ ਜਿਹੜੀ ਧੀ ਪੈਦਾ ਹੋਈ ਹੈ ਲక్ష్ਮੀ ਪੈਦਾਈ ਹੈ ਕੀ ਨਾਂ ਰੱਖਿਆ ਗਿਆ ਇਸ ਦਾ ਜੀ ਵੇਖੋ ਜੀ ਖਾਲਸਤਾਨੀ ਪਰਿਵਾਰ ਹੈ ਹਰਪਾਲ ਸਿੰਘ ਖਾਲਸਤਾਨੀ ਤੇ ਹਰਪ੍ਰੀਤ ਕੌਰ ਖਾਲਸਤਾਨੀ ਪੋਤਰੀ ਦਾ ਨਾਂ ਰੱਖਿਆ ਗਿਆ ਅਸੀਂ ਜਿੰਨੇ ਵੀ ਨਾਂ ਰੱਖੇ ਨਾ ਆਪਣੇ ਬੱਚਿਆਂ ਦੇ ਸ਼ਹੀਦ ਯੋਧਿਆਂ ਦੇ ਨਾਂ ਤੇ ਰੱਖੇ ਗਏ ਆ ਸੁਬੇਕ ਸਿੰਘ ਰੱਖਿਆ ਗਿਆ ਨਾ ਵੱਡੇ بیٹے ਦਾ ਨ ਸੁਬੇਕ ਸਿੰਘ ਜਿੰਨਾ ਹਰਮੰਦਰ ਸਿੰਘ ਲੜਾਈ ਲਈ ਉਹਨਾਂ ਦੀ ਕਿਉਂਕਿ ਹਾੜੇ ਦਿਲ ਦੇ ਵਿੱਚ ਉਹਨਾਂ ਦੇ ਨਾਂ ਜੜੇ ਹੈਗੇ ਚੱਲਦੇ ਰਹਿਣ ਸਾਨੂੰ ਉਹ ਹਮੇਸ਼ਾ ਯਾਦ ਰਹਿਣ ਆਉਂਦਿਆ ਜਾਂਦਿਆ ਸੁਬੇਕ ਸਿੰਘ ਜੇ ਆਵਾਜ਼ ਮਈ ਸੁਬੇਕ ਸਿੰਘ ਕੈਪਟਨ ਸੁਬੇਕ ਸਿੰਘ ਫਿਰ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਪੂਨੇ ਦੇ ਵਿੱਚ ਵੈਦੀ ਨੂੰ ਮਾਰਿਆ ਛੋਟੇ بیٹے ਦਾ ਹਰਜਿੰਦਰ ਸਿੰਘ ਰੱਖਿਆ ਗਿਆ ਫਿਰ ਆਪਾਂ ਜਿਹੜਾ ਪੋਤਰਾ ਵਾ ਉਹਦਾ ਨਾਂ ਰੱਖਿਆ ਜੁਗਰਾਜ ਸਿੰਘ ਜੁਗਰਾਜ ਸਿੰਘ ਉਹ ਯੋद्धा ਜਿਹੜਾ ਤੂਫਾਨ ਜਿੰਨੇ ਸਾਰੀ ਸਾਰੀ ਹਿੰਦੁਸਤਾਨ ਦੀ ਫੌਜ ਨੂੰ ਅੱਗੇ ਲਾ ਕੇ ਲੋਹੇ ਦੇ ਚਣੇ ਚਬਾਏ ਫਿਰ ਆਪਾਂ ਸਿਮਰਲ ਕੌਰ ਖਾਲਸਤਾਨੀ ਇਦਾਂ ਹੀ ਹਰਪ੍ਰੀਤ ਕੌਰ ਖਾਲਸਤਾਨੀ ਨਾਂ ਰੱਖਿਆ ਗਿਆ ਪੋਤਰੀ ਦਾ ਤੇ ਇਹ ਜਿਹੜਾ ਜਿਹੜੀ ਦਾ ਦਿੱਤੀ ਹੈ ਸਤਗੁਰ ਨੇ ਇਹ ਬਹੁਤ ਹੀ ਭਾਗਾ ਵਾਲਿਆ ਵੀ ਜਿਹੜੀ ਸਾਡੇ ਘਰ ਧੀ ਨੇ ਜਨਮ ਲਿਆ ਵਾ ਅਸੀਂ ਆਪਣਿਆਂ ਨੂੰ ਬੜੇ ਵਡਭਾਗੇ ਸਮਝਦੇ ਹਗੇ ਆ ਸਤਗੁਰਤਾ ਕੋਟ-ਕੋਟ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਧਨਵਾਜੀ ਇਹ ਸੀ ਗੱਲ ਬਖਤੀ ਹਰਪਾਲ ਸਿੰਘ ਖਾਲਸਾ ਜੀ ਤੁਸੀਂ ਦੇਖਿਆ ਪੂਰੇ ਪਰਿਵਾਰ ਵਿੱਚ ਕਿਸ ਤਰ੍ਹਾਂ ਜਿਹੜੀ ਆ ਖੁਸ਼ੀ ਦੀ ਲੈ ਰਿਆ ਤੁਸੀਂ ਦੇਖਿਆ ਪੇ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਆ ਜਦੋਂ ਇਸ 3 ਦਿਨਾਂ ਦਾ ਲਿਆ ਦਿਵਾਲੀ ਦੇ ਦਿਨ ਲక్ష్ਮੀ ਜੀ ਜਿਹੜੀਆਂ ਕਰਿਆ ਆਈ ਸੀ ਉਸ ਟਾਈਮ ਤੇ ਜਿਹੜੇ ਇਸ ਪਰਿਵਾਰ ਵਿੱਚ ਪੂਰਾ ਚਾ ਸੀ ਇਸੀ ਅਕਸਰ ਦੇਦੇ ਪਿਛਾਤਰ ਸੋਹਰਾ ਪਰਿਵਾਰ ਚ ਹੁੰਦਾ ਵੀ ਉਹਨਾਂ ਕਰੇ ਜਿਹੜਾ ਮੁੰਡੇ ਜਨ ਲਿਆ ਜੇ ਬਈ ਪਰ ਨਹੀਂ ਮੁੰਡੇ ਤੋਂ ਜਿਹੜਾ 3 ਦਿਨਾਂ ਜਨ ਲਿਆ ਵਾ ਉਸ ਨੂੰ ਲੈ ਕੇ ਪੂਰੇ ਪਰਿਵਾਰ ਵਿੱਚ ਖੁਸ਼ੀ ਲਿਆ ਰਿਆ ਤੁਸੀਂ ਦੇਖਿਆ ਕਿਸ ਤਰ੍ਹਾਂ ਨੇ ਸਿੱਕੇ ਆਣ ਤੋ ਲਿਆ ਗਿਆ ਲੱਡੂ ਵੰਡੇ ਗਏ ਨੇ ਗੱਲਬਾਤ ਕਰਾਂਗੇ ਉਹ ਭੈਣ ਦੇ ਨਾਲ ਵੀ ਸਭ ਤੋਂ ਪਹਿਲਾਂ ਫਤਿਹ ਸਾਡੀ ਕਰਦੇ ਆਂ ਪੰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਹ ਬੰਦੇ ਕੀ ਕਹਿਣਾ ਚਾਹੋਗੇ ਅਸੀਂ ਅਕਸਰ ਦੇਖਦੇ ਹਾਂ ਵੀ ਸੋਹਰਾ ਪ੍ਰਵਾਦ ਜਤਰਾ ਇਹ ਮੰਗ ਹੁੰਦੀ ਆ ਵੀ ਉਹਨਾਂ ਘਰੇ ਜਿਹੜਾ ਪੁੱਤ ਦਾ ਜਨਮ ਲਵੇ ਮੁੰਡਾ ਜਨਮ ਲਵੇ ਪਰ ਦੇਖਿਆ ਭਤੀ ਨੇ ਜਨਮ ਲਿਆ ਵਾ ਅਤੇ ਸੋਹਰਾ ਪ੍ਰਵਾਦ ਵਲੋਂ ਜਿਹੜਾ ਵਾ ਸਿੱਕੇ ਨਾਲ ਤੋਲਿਆ ਗਿਆ ਧੀ ਨੂੰ ਜਿਹੜਾ ਵਾ ਲੱਡੂ ਵੰਡੇ ਗਏ ਨੇ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਬਾਰੇ ਮੈਮ ਬਹੁਤ ਬਹੁਤ ਖੁਸ਼ ਆ ਸਾਡੀ ਘਾਤੀ ਨੇ ਜਨਮ ਲਿੱਤਾ ਆ ਤੇ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੋਈ ਸਾਡੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਨੇ ਅਸਲੀ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਦੇ ਆ ਸਾਨੂੰ ਉੱਤੀ ਮਿਲਿਆ ਇਸ ਕਰਕੇ ਬਹੁਤ ਬਹੁਤ ਧੰਨਵਾਦ ਉਸ ਵਾਈ ਗੁਰੂ ਦਾ ਕਰਦੇ ਆ ਪਹਿਲਾਂ ਕਿ ਕਿ ਸੋਚਿਆ ਸੀ ਵੀ ਸੋਹਰਾ ਪਰਿਵਾਰ ਇੰਨਾ ਜਿਹੜਾ ਚਾ ਚੜ ਜੂਗਾ ਸੋਹਰੇ ਪਰਿਵਾਰ ਅਸੀਂ ਦੇਖਦੇ ਚਲੋ ਨਾਨਕਿਆਂ ਨੂੰ ਚਾਹ ਹੁੰਦਾ ਤੀਜਾ ਪੁੱਤ ਦਾ ਪਰ ਸੋਹਰੇ ਪਰਿਵਾਰ ਨੂੰ ਵੀ ਜਿਹੜਾ ਵਾ ਇੰਨਾ ਚਾ ਚੜਿਆ ਪਿਆ ਵਾ ਉਹਨਾਂ ਤੋਂ ਵੱਧ ਚਾਹ ਵਾ ਧੀਆ ਤੋਂ ਜਿਹੜਾ ਵਾ ਪੈਸੇ ਵਾਰ ਛੁੱਟੇ ਜਾ ਰਹੇ ਨੇ ਲੱਡੂ ਮੰਡੇ ਜਾ ਰਹੇ ਨੇ ਸਿੱਕਿਆਂ ਨਾਲ ਤੋਲੇ ਜਾ ਰਿਆ ਕੀ ਲੱਗਦਾ ਸੀ ਉਸਤਾ ਜੀ ਸੋਹਰਾ ਪਰਿਵਾਰ ਤੋਂ ਅਸੀਂ ਤੁਹਾਨੂੰ ਕਦੀ ਵੇਖਣ ਨੂੰ ਮਿਲਦਾ ਵਾ ਨਾ ਮੈਂ ਕਦੇ ਨਹੀਂ ਇਸ ਤਰ੍ਹਾਂ ਦਾ ਪਰਿਵਾਰ ਦੇਖਿਆ ਪਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਲੱਕੀ ਹੈ ਕਿ ਮੈਨੂੰ ਇਸ ਨਾ ਸੋਨਾ ਪਰਿਵਾਰ ਮਿਲਿਆ ਇੰਨੀ ਇੱਜ਼ਤ ਮਾਨ ਕਰਨ ਵਾਲਾ ਪਰਿਵਾਰ ਮਿਲਿਆ ਮੇਰੀ ਬੱਚੀ ਦਾ ਇੰਨਾ ਸਤਕਾਰ ਕੀਤਾ ਇਹਨਾਂ ਨੇ ਆਪਣੀ ਪੁੱਤਰੀ ਦਾ ਬਹੁਤ ਬਹੁਤ ਖੁਸ਼ਿਆ ਮੈਂ ਪਰ ਪੰਡੀਆਂ ਅਸੀਂ ਜਾ ਕੇ ਦੇਖਦੇ ਸੱਸਾਂ ਜਿਹੜੀਆਂ ਖਾਸ ਕਰਕੇ ਆਪਣੀ ਨੋਹਾਂ ਤੋਂ ਪੁੱਤਰੇ ਪਾਲ ਕਰਦੀਆਂ ਵੀ ਮੁੰਡਾ ਅਣ ਜਿਦਾ ਪੁੱਤਰਾਂ ਜਿਦਾ ਪਰ ਅਸੀਂ ਦੇਖਿਆ ਤੁਹਾਡੀ ਸੱਸ ਵੀ ਜਿਹੜੀ ਆ ਬਹੁਤ ਚਾਹ ਕਰੀ ਆ ਤੁਹਾਡਾ ਮੱਥਾ ਚੁੰਮ ਰਹੀ ਸੀ ਤੁਹਾਨੂੰ ਪਿਆਰ ਕਰ ਰਹੀ ਸੀ ਕੀ ਕਹਿਣਾ ਚਾਹੋਗੇ ਜੀ ਸੱਸਾਂ ਬਾਰੇ ਮੈਂ ਬਹੁਤ ਬਹੁਤ ਖੁਸ਼ ਆ ਮੈਨੂੰ ਇਸ ਇੰਨੀ ਕਰਮਾ ਵਾਲੀ ਮੈਂ ਮੈਨੂੰ ਹਜੀ ਸੱਸ ਮਿਲਿਆ ਜਿਹੜੀਆਂ ਸੱਸਾਂ ਆਪਣੇ ਬੱਚਿਆਂ ਤੋਂ ਪੁੱਤਰਾਂ ਬੱਚਿਆਂ ਦਾ ਮੁੰਡਿਆਂ ਦਾ ਮੰਗਦੀਆਂ ਨੇ ਲਨ ਤੇ ਹੋ ਜੀਆਂ ਸੱਸਾਂ ਦੇ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਹਰਪਾਲ ਸਿੰਘ ਖਾਲਸਤਾਨੀ ਦਾ ਪਰਿਵਾਰ ਆ ਇਹਨਾਂ ਘਰੇ ਤੀਨੇ ਜਨਮ ਲਿਆ ਵਾ ਦਿਵਾਲੀ ਹੋ ਲੈਣੇ ਲక్ష్ਮੀ ਦਾ ਡਾਲਾ ਰੂਪ ਆ ਅੱਜ ਸਾਰਾ ਪਰਿਵਾਰ ਜਿਹੜਾ ਖੁਸ਼ੀ ਦੀ ਲੈ ਰਿਹਾ ਕੋਈ ਪਰਿਵਾਰ ਵਿੱਚ ਜਿਹੜਾ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਰੱਖਿਆ ਗਿਆ ਪੂਰਾ ਮੁੰਡਿਆਂ ਤੋਂ ਜਿਹੜਾ ਵੱਧ ਕੇ ਜਿਹੜਾ ਚਾਅ ਕੀਤਾ ਜਾ ਰਿਹਾ ਵਾ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਇਹਨਾਂ ਨੇ ਸਿੱਕੇ ਨਾਲ ਤੋਲ ਕੇ ਜਿਹੜਾ ਲਿਆਂਦਾ ਗਿਆ ਵਾ ਅੱਜ ਇੱਕ ਮੈਸੇਜ ਤੱਕ ਸਮਾਜ ਵਿੱਚ ਮੁੰਡੇ 'ਚ ਕੁੜੀ 'ਚ ਕੋਈ ਫਰਕ ਨਹੀਂ ਆ ਹਮੇਸ਼ਾ ਹੀ ਧੀਆ ਨੂੰ ਪਿਆਰ ਕਰੋ ਧੀਆ ਦਾ ਮਾਨ ਸਨਮਾਨ ਕਰੋ ਪੁੱਤਰਾ ਵਾਂਗੂ